ਸਿਮਰਨ ਬੁਝੇ ਦਿਲਾਂ ਚ ਗਿਆਨ ਦੀ ਅਲਖ ਜਗਾ ਕੇ ਸ਼ਾਂਤ ਕਰ ਲੋ ਆਪਣਾ ਮਨ ਓਮ ਸ਼ਾਂਤੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਨਵੀਂ ਕਿਰਨ ਵਿੱਚ। ਦੋਸਤੋ, ਜਿਸ ਤਰ੍ਹਾਂ ਅਸੀਂ ਪਿਛਲੀ ਕੜੀ ਵਿੱਚ ਡਿਸਕਸ ਕਰ ਰਹੇ ਸੀ ਕਿ ਕਿਸ ਤਰ੍ਹਾਂ ਸਾਡੀ ਸੰਗਤ ਸਾਡੇ ਆਦਤਾਂ ਨੂੰ ਪ੍ਰਭਾਵਿਤ ਕਰਦੀ ਹੈ, ਅੱਛੇ ਦੀ ਤਰਫ ਵੀ ਅਤੇ ਬੁਰੀ ਦੀ ਤਰਫ ਵੀ, ਇਸੇ ਵਿਸ਼ੇ ਵਿੱਚ ਅਸੀਂ ਹੋਰ ਚਰਚਾ ਕਰਾਂਗੇ ਆਪਣੇ ਅੱਜ ਦੇ ਮਹਿਮਾਨ ਬ੍ਰਹਮਾ ਕੁਮਾਰ ਅਮੀਰ ਚੰਦ ਭਾਈ ਸਾਹਿਬ ਨਾਲ। ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੋਅ ਵਿੱਚ। ਓਮ ਸ਼ਾਂਤੀ। ਭਾਈ ਸਾਹਿਬ, ਜਿਸ ਤਰ੍ਹਾਂ ਤੁਸੀਂ ਸਾਨੂੰ ਪਿਛਲੀ ਕੜੀ ਵਿੱਚ ਦੱਸ ਰਹੇ ਸੀ ਕਿ ਕਿਸ ਤਰ੍ਹਾਂ ਸੰਗਤ ਜਿਹੜੀ ਸਾਡੀ ਆਦਤਾਂ ਨੂੰ ਵਿਗਾੜ ਸਕਦੀ ਹੈ ਅਤੇ ਅੱਛਾ ਵੀ ਬਣਾ ਸਕਦੀ ਹੈ, ਲੇਕਿਨ ਆਪਣੀ ਸੰਗਤ ਨੂੰ ਅਸੀਂ ਕਿਸ ਤਰ੍ਹਾਂ ਚੇਂਜ ਕਰੀਏ ਆਪਣੀ ਆਦਤਾਂ ਨੂੰ ਚੇਂਜ ਕਰਨ ਵਾਸਤੇ? ਇਸ ਬਾਰੇ ਮੈਂ ਤੁਹਾਨੂੰ ਆਪਣਾ ਕੁਛ ਐਕਸਪੀਰੀਅੰਸ ਜਿਹੜੇ ਮੇਰੀ ਇਸ ਜੀਵਨ ਦਾ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ। ਪਲੀਜ਼। ਹਾਂਜੀ, ਬੜੇ ਚਮਤਕਾਰ ਅਨੁਭਵ ਨੇ ਮੇਰੇ ਕੋਲ। ਅੱਛਾ, ਅਸੀਂ ਜ਼ਰੂਰ ਜਾਣਨਾ ਚਾਹੁੰਦੇ ਹਾਂ। ਮੈਂ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਵਿਦਿਆਲੇ ਦੇ ਨਾਲ ਪਿਛਲੇ 55-56 ਸਾਲਾਂ ਤੋਂ ਜੁੜਿਆ ਹੋਇਆ। ਅੱਛਾ, 55 ਸਾਲਾਂ ਤੋਂ? ਹਾਂ, ਜਦੋਂ ਮੇਰੀ 19 ਸਾਲ ਦੀ ਉਮਰ ਸੀ। ਅੱਛਾ ਜੀ। ਉਦੋਂ ਤੋਂ ਲੈ ਕੇ ਮੈਂ ਇਸ ਵਿਦਿਆਲੇ ਨਾਲ ਜੁੜਿਆ ਹੋਇਆ ਤੇ ਕਈ ਭੈਣ ਭਾਈ ਨੂੰ ਮੇਰੇ ਕੰਟੈਕਟ ਚ ਆਏ। ਹਾਂਜੀ। ਉਹਨਾਂ ਨੂੰ ਮੈਂ ਦੇਖਿਆ ਜੀ। ਤੇ ਜਦੋਂ ਉਹ ਸਾਡੀ ਬ੍ਰਾਂਚ 'ਚ ਆਏ ਸੀ, ਕਿਸੇ ਵੀ ਸੈਂਟਰ 'ਤੇ ਕਿਸੇ ਵੀ ਜਗ੍ਹਾ 'ਚ ਆਏ ਸੀ, ਤਾਂ ਉਹਨਾਂ ਨੂੰ ਕਈ ਦਫ਼ਾ ਪੀਣ ਦੀ, ਕਈ ਦਫ਼ਾ ਸਮੋਕਿੰਗ ਦੀ, ਗੁੱਸਾ ਕਰਨ ਦੀ, ਝੂਠ ਬੋਲਣ ਦੀ, ਗਲਤ ਤਰੀਕੇ ਅਪਣਾਉਣ ਦੀ, ਕਈ ਕਿਸਮ ਦੀਆਂ ਕਈ ਆਦਤਾਂ ਕਈਆਂ 'ਚ ਸੀ। ਅਤੇ ਮੈਂ ਦੇਖਿਆ ਕਿ ਉਹਨਾਂ 'ਚ ਥੋੜ੍ਹੇ ਦਿਨਾਂ 'ਚ ਹੀ ਬਦਲਾਵ ਆਉਣ ਲੱਗ ਪਿਆ। ਅੱਛਾ, ਥੋੜ੍ਹੇ ਦਿਨਾਂ 'ਚ ਹੀ ਬਦਲਾਵ ਆ ਗਿਆ। ਮੈਂ ਸੋਚਿਆ ਕਿ ਗੱਲ ਕੀ ਹੈ। ਹਾਂਜੀ। ਫਿਰ ਮੈਂ ਸਾਰੇ ਚੀਜ਼ ਨੂੰ ਐਨਾਲਾਈਜ਼ ਕੀਤਾ। ਹਾਂਜੀ। ਬੈਠਿਆ, ਵਿਚਾਰ ਕੀਤਾ ਅਤੇ ਮੈਂ ਦੇਖਿਆ ਕਿ ਉਹਨਾਂ ਦੀ ਭਲੇ ਆਦਤਾਂ ਜਿਹੜੀਆਂ ਸੀ ਨਾ ਗਲਤ ਸੀ। ਹਾਂਜੀ। ਅਤੇ ਇੱਕ ਤਾਂ ਉਹ ਆਮ ਤੌਰ 'ਤੇ ਅੰਦਰ ਉਸ ਆਦਤ ਤੋਂ ਨਾ ਦੁਖੀ ਸੀ, ਅੰਦਰ ਉਹਨਾਂ 'ਚ ਸੀ ਕਿ ਮੇਰੀ ਆਦਤ ਕਿਵੇਂ ਛੁੱਟੇ। ਕਈ ਦਫ਼ਾ ਉਹਨਾਂ ਨੇ ਛੱਡਣ ਦੀ ਆਦਤ ਨੂੰ ਕੋਸ਼ਿਸ਼ ਵੀ ਕੀਤੀ ਅਤੇ ਕਈ ਦਫ਼ਾ ਉਹਨਾਂ ਨੇ ਕਈ ਦਿਨ ਤੱਕ ਨਹੀਂ ਪੀਤੀ ਜਾਂ ਬੀੜੀ ਸਿਗਰਟ ਛੱਡ ਦਿੱਤੀ। ਸੁਧਾਰ ਵੀ ਲਾਇਆ, ਮਗਰ ਫਿਰ ਉਹ ਮੈਂ ਕਿਹਾ ਸੀ ਕਿ ਕੰਪਨੀ 'ਚ ਜਾਣ ਕੇ ਕਿਸੇ ਹੋਰ ਨਾਲ ਕਿਸੇ ਤਰੀਕੇ ਨਾਲ ਫਿਰ ਉਹ ਭੈੜੇ ਕੰਮ 'ਚ ਭੈੜੀ ਆਦਤ ਫਿਰ ਪੈ ਗਈ। ਲੇਕਿਨ ਉਹਨਾਂ ਨੂੰ ਆਪਣੇ ਆਪ ਨੂੰ ਸੀਗਾ ਕਿ ਅਸੀਂ ਇਹ ਛੱਡਣਾ। ਅਤੇ ਜਦੋਂ ਉਹ ਸਾਡੇ ਕੋਲ ਆਏ, ਹਾਂਜੀ, ਅਤੇ ਸਾਡੇ ਇਸ ਵਿਦਿਆਲੇ ਦਾ ਨਿਯਮ ਹੈ ਜਿਹੜਾ ਵੀ ਕੋਈ ਆਉਂਦਾ ਨਾ ਅਸੀਂ ਕਹਿੰਦੇ ਹਾਂ ਵੀ ਤੁਸੀਂ ਕੁਛ ਛੱਡਣਾ ਕੁਛ ਨਹੀਂ, ਬਲਕਿ ਤੁਹਾਨੂੰ ਜਿਹੜੀ ਚੀਜ਼ ਇੱਥੋਂ ਅਸੀਂ ਸੁਣਾਵਾਂਗੇ ਜਾਂ ਦੱਸਾਂਗੇ ਨਾ ਤੁਸੀਂ ਆਪਣੇ ਲਾਈਫ ਵਿੱਚ ਉਹਨੂੰ ਐਡ ਕਰਨਾ। ਅੱਛਾ। ਆਮ ਤੌਰ 'ਤੇ ਆਦਮੀ ਦੀ ਆਦਤ ਹੈ ਕਿ ਕੋਈ ਵੀ ਚੀਜ਼ ਛੱਡਣਾ ਨਹੀਂ ਚਾਹੁੰਦਾ। ਬਿਲਕੁਲ। ਤੁਸੀਂ ਇੱਕ ਛੋਟੇ ਬੱਚੇ ਨੂੰ ਦੇਖੋ। ਹਾਂਜੀ। ਉਹਦੇ ਕੋਲ ਉਹਨੇ ਉਹ ਛੋਟਾ ਬੱਚਾ ਹੈ ਅਤੇ ਉਹਦੇ ਹੱਥ 'ਚ ਚਾਕੂ ਆ ਗਿਆ। ਹਾਂਜੀ। ਹੁਣ ਮਾਂ ਘਬਰਾ ਰਹੀ ਹੈ ਕਿ ਚਾਕੂ ਕਿਤੇ ਪੈਰ 'ਤੇ ਜਾਂ ਹੱਥੇ ਨਾ ਮਾਰ ਲਵੇ, ਲੱਗ ਨਾ ਜਾਵੇ। ਅਤੇ ਉਹ ਜਦੋਂ ਚਾਕੂ ਉਹਦੇ ਕੋਲ ਮੰਗਦੀ ਹੈ ਉਹ ਚਾਕੂ ਨਹੀਂ ਛੱਡਦਾ। ਮਗਰ ਤੁਸੀਂ ਦੇਖਿਆ ਹੋਵੇਗਾ ਕਿ ਜੇ ਚਾਕੂ ਉਹ ਨਹੀਂ ਛੱਡ ਰਿਹਾ, ਮਗਰ ਉਹਦੀ ਮਾਂ ਬਰਫੀ ਦਾ ਟੁਕੜਾ ਵਿਖਾ ਦਿੰਦੀ ਹੈ। ਹਾਂਜੀ। ਉਹਨੂੰ ਦੂਰੋਂ ਕਹਿੰਦੀ ਆਹ ਦੇਖ ਬਿਸਕੁਟ ਹੈ, ਬਰਫੀ ਹੈ, ਉਹ ਚਾਕੂ ਦੂਰ ਸੁੱਟ ਦਿੰਦਾ ਆਪਣੇ ਆਪ ਹੀ। ਉਹ ਕਹਿੰਦਾ ਉਹ ਦਿਓ ਮੈਨੂੰ, ਕਿਉਂਕਿ ਉਹਨੂੰ ਇੰਨੀ ਸਮਝ ਆ ਕਿ ਉਹਨਾਂ ਦੋਨਾਂ 'ਚੋਂ ਬੈਟਰ ਕੀ ਹੈ। ਜਦੋਂ ਇਹ ਜਦੋਂ ਬੱਚਾ ਵੀ ਸਮਝਦਾ ਹੈ ਕਿ ਮੈਂ ਬੈਟਰ ਚੀਜ਼ ਨੂੰ ਪਸੰਦ ਕਰਦਾ ਹੈ, ਅਤੇ ਜੇ ਅੱਛੀ ਚੀਜ਼ ਮਿਲਣ ਦੇ ਨਾਲ ਘਟੀਆ ਚੀਜ਼ ਨੂੰ ਆਪਣੇ ਆਪ ਹੀ ਜਾਂ ਦੂਸਰੀ ਚੀਜ਼ ਨੂੰ ਉਹਦੇ ਨਾਲ ਜਿਹੜੀ ਹਲਕੀ ਚੀਜ਼ ਉਹਨੂੰ ਆਪਣੇ ਆਪ ਛੱਡ ਦਿੰਦਾ ਹੈ। ਦਿਸ ਇਜ਼ ਹਿਊਮਨ ਨੇਚਰ। ਠੀਕ। ਕੋਈ ਵੀ ਆਦਮੀ ਜਿਹੜੀ ਚੀਜ਼ ਉਹਨੇ ਪਕੜੀ ਹੋਈ ਹੈ, ਚਾਹੇ ਆਦਤ ਹੈ ਨਾ, ਉਹ ਵੀ ਉਹਨੇ ਪਕੜੀ ਹੋਈ ਹੈ, ਚਾਹੇ ਆਦਤ ਨੂੰ ਉਹਨੇ ਪਕੜਿਆ ਹੈ,
ਚਾਹੇ ਉਹਨੇ ਆਦਤ ਨੂੰ ਪਕੜਿਆ ਹੈ, ਮਗਰ ਉਹ ਇੱਕ ਦੂਜੇ ਨੂੰ ਪਕੜ ਕੇ ਬੈਠੇ ਹੋਏ ਨੇ, ਉਹਦੇ ਤੋਂ ਬਿਨਾਂ ਇਨਸਿਕਿਉਰ ਫੀਲ ਕਰਦੇ ਨੇ, ਇਹ ਛੱਡਣ ਨਾਲ ਮੇਰਾ ਕੀ ਹੋਏਗਾ। ਕਿਉਂਕਿ ਕਈ ਵਾਰੀ ਉਹਨਾਂ ਦੇ ਮਨ ਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਇਹ ਸਵਾਲ ਆਉਂਦਾ ਹੈ ਜੇ ਮੈਂ ਆਦਤ ਛੱਡ ਦਵਾਂ ਤੇ ਮੇਰੇ ਤੋਂ ਛੁੱਟਦੀ ਵੀ ਨਹੀਂ ਹੈ, ਹੈ ਨਾ, ਫਿਰ ਮੈਂ ਕੀ ਕਰਾਂ, ਜਾਂ ਮੇਰੀ ਕੰਪਨੀ ਕੀ ਕਹੇਗੀ, ਮੇਰਾ ਸੋਸ਼ਲ ਸਿਸਟਮ ਕੀ ਰਹੇਗਾ। ਕਈ ਆਦਮੀ ਇਸ ਕਰਕੇ ਸੋਚ ਕਰਕੇ ਕਿ ਉਹਨਾਂ ਲੋਕਾਂ ਦੇ ਨਾਲ ਮੇਰੇ ਦੋਸਤ ਮੇਰੇ ਹੋਰ ਕੀ ਕਹਿਣਗੇ, ਮੈਂ ਇਕੱਲਾ ਹੋ ਜਾਵਾਂਗਾ, ਤੇ ਇਸ ਵਾਸਤੇ ਉਹ ਪਕੜੀ ਰੱਖਦਾ ਹੈ। ਤੇ ਜਦੋਂ ਉਹਨੂੰ ਕੋਈ ਅੱਛੀ ਚੀਜ਼ ਮਿਲ ਜਾਏ, ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਜਦੋਂ ਉਹ ਸਾਡੇ ਸੈਂਟਰ ਜਾਂ ਆਸ਼ਰਮ 'ਚ ਇੱਥੇ ਆਉਂਦੇ ਨੇ ਨਾ, ਤੇ ਉੱਥੋਂ ਅਸੀਂ ਕਹਿੰਦੇ ਹਾਂ ਤੁਸੀਂ ਬਿਲਕੁਲ ਜਿਵੇਂ ਹੋ ਨਾ ਉਵੇਂ ਹੀ ਠੀਕ ਹੋ। ਉਹਨੂੰ ਕੋਈ ਚੀਜ਼ ਅਸੀਂ ਇਹ ਨਹੀਂ ਕਹਿੰਦੇ ਕਿ ਆਹ ਚੀਜ਼ ਤੁਹਾਡੇ 'ਚ ਬੁਰਾਈ ਹੈ, ਆਹ ਛੱਡੋ, ਕੁਛ ਨਹੀਂ। ਮਗਰ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਦੇਖ ਭਾਈ, ਤੂੰ ਇਸ ਦੁਨੀਆਂ 'ਤੇ ਆਇਆ, ਦੁਨੀਆਂ 'ਤੇ ਤਾਂ ਰਹਿਣਾ ਨਹੀਂ, ਕੋਈ ਵੀ ਨਹੀਂ ਰਿਹਾ ਇੱਥੇ। ਇਹ ਜਿਹੜੀ ਦੁਨੀਆਂ, ਇਹ ਨਾਟਕ ਹੈ, ਸਾਨੂੰ, ਅਸੀਂ ਐਕਟਰ ਹਾਂ, ਅਸੀਂ ਕਹਿੰਦੇ ਇਹ ਡਰਾਮਾ ਹੈ, ਅਸੀਂ ਇੱਥੇ ਪਾਰਟ ਵਜਾ ਰਹੇ ਹਾਂ, ਐਕਟਰ ਹਾਂ, ਅਤੇ ਇਹਦੇ ਬਾਰੇ ਤਾਂ ਤੂੰ ਜਾਣ। ਪਰਿਵਾਰ ਤੂੰ ਹੈ ਕੌਣ, ਅੱਛਾ ਠੀਕ ਹੈ, ਤੂੰ ਮੈਂ ਕਰ ਰਿਹਾ, ਤੇਰੀ ਉਮਰ ਵਧਦੀ ਜਾ ਰਹੀ ਹੈ, ਇੱਕ ਦਿਨ ਇਹਦੀ ਮੈਂ ਵੀ ਖਤਮ ਹੋ ਜਾਣੀ, ਜਦੋਂ ਤੇਰਾ ਇਹ ਸਰੀਰ ਹੀ ਨਹੀਂ ਰਹੇਗਾ, ਤੇ ਲੋਕੀ ਚੁੱਕ ਕੇ ਲੈ ਜਾਣਗੇ, ਸ਼ਮਸ਼ਾਨ ਚ ਪਹੁੰਚਾ ਦੇਣਗੇ, ਤੇ ਉਸ ਤੋਂ ਬਾਅਦ ਉਹ ਸਰੀਰ ਵੀ ਖਤਮ ਹੋ ਜਾਏਗਾ। ਤੂੰ ਕਮ ਸੇ ਕਮ ਇਸ ਦੁਨੀਆਂ ਚ ਆਇਆ ਹੈ, ਤੇ ਤੇਰਾ ਇਹ ਫਰਜ਼ ਬਣਦਾ ਹੈ ਕਿ ਤੂੰ ਆਪਣੀ ਮੈਂ ਨੂੰ ਤਾਂ ਜਾਣ ਕਿ ਮੈਂ ਕੌਣ ਆ। ਜਦੋਂ ਉਹਨੂੰ ਇਹ ਗੱਲ ਅਸੀਂ ਦੱਸਣੇ ਆ ਨਾ, ਤੇ ਕਈ ਦਫ਼ਾ ਉਹਨਾਂ ਵਿੱਚੋਂ, ਸਾਰੇ ਨਹੀਂ, ਤੇ ਕਈਆਂ 'ਚ ਇਹ ਜਾਣਨ ਦੀ ਇੱਛਾ ਪੈਦਾ ਹੋ ਜਾਂਦੀ, ਕਹਿੰਦੇ ਹਾਂ ਵੀ ਗੱਲ ਤਾਂ ਠੀਕ ਹੈ ਕਿ ਮੈਂ ਸਾਰਾ ਦਿਨ ਅਸੀਂ ਮੈਂ ਕਰਦੇ ਰਹਿੰਦੇ ਹਾਂ, ਹੈ ਕੌਣ। ਅਤੇ ਉਦੋਂ ਜਦੋਂ ਉਹਨੂੰ ਪਤਾ ਲੱਗਦਾ ਹੈ ਇਹ ਬਈ, ਮੈਂ ਤਾਂ ਇਹ ਸਰੀਰ ਦੇ ਵਿੱਚ, ਇਹ ਤਾਂ ਪੰਜ ਤੱਤਵਾਂ ਦਾ ਪੁਤਲਾ ਹੈ, ਵਿਨਾਸ਼ੀ ਪਰਿਵਰਤਨਸ਼ੀਲ ਹੈ, ਇਹ ਰਹਿਣਾ ਨਹੀਂ ਹੈ। ਅਸਲ ਵਿੱਚ ਇਸ ਸਰੀਰ ਨੂੰ ਜਿਹੜੀ ਚਲਾ ਰਹੀ ਤਾਕਤ ਹੈ, ਉਹ ਤਾਂ ਰੂਹ ਹੈ, ਉਹ ਤਾਂ ਆਤਮਾ ਹੈ। ਅੱਛਾ, ਇਹ ਪਤਾ ਲੱਗਦਾ ਪਹਿਲੀ ਗੱਲ। ਦੂਜੀ ਗੱਲ ਉਹਨੇ ਪਤਾ ਲੱਗਦੀ ਕਿ ਮੈਂ ਜਿਹੜੀ ਰੂਹ ਹਾਂ, ਆਤਮਾ ਹਾਂ, ਮੈਂ ਤਾਂ ਪਰਮਾਤਮਾ ਈਸ਼ਵਰ ਨਾਲ, ਵਾਹਿਗੁਰੂ ਨਾਲ, ਮੈਂ ਤਾਂ ਉਹਦੇ ਨਾਲ ਜੁੜੀ ਹੋਈ ਹਾਂ। ਮਤਲਬ ਇਹ ਪਰਿਵਰਤਨ ਆ ਸਕਦਾ ਕਿ ਜਦ ਇਹ ਪਤਾ ਚੱਲ ਜਾਏ ਕਿ ਮੈਂ ਕੌਣ ਹਾਂ, ਜਾਂ ਜੋ ਵੀ ਇਹਦੇ ਨਾਲ ਚੇਂਜਸ ਆ ਜਾਣਗੀਆਂ ਉਹਨਾਂ ਦੀ ਆਦਤਾਂ ਵਿੱਚ? ਮੈਂ ਇਹ ਤੁਹਾਨੂੰ ਆਪਣਾ ਐਕਸਪੀਰੀਅੰਸ ਸੁਣਾਵਾਂ, ਦੱਸਾਂ ਤੁਹਾਨੂੰ ਕਿ ਜਦੋਂ ਉਹਨੂੰ ਆਪਣੇ ਸੈਲਫ ਦਾ, ਆਪਣੀ ਅਸਲੀ ਹੋਂਦ ਦਾ ਪਤਾ ਲੱਗਦਾ ਹੈ, ਔਰ ਉਹਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਮੈਂ ਤਾਂ ਇਹ ਜਿਹੜਾ ਸਰੀਰ ਹੈ, ਜਿਹੜਾ ਪਰਿਵਰਤਨਸ਼ੀਲ ਵਿਨਾਸ਼ੀ ਹੈ, ਮੈਂ ਇਸ ਦੇ ਅੰਦਰ ਇੱਕ ਰੂਹ, ਇੱਕ ਆਤਮਾ ਹਾਂ, ਔਰ ਉਹ ਜਿਹੜਾ ਮੈਂ ਹਾਂ ਉਹ ਤਾਂ ਈਸ਼ਵਰ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ। ਜਦੋਂ ਅਸੀਂ ਉਹਨਾਂ ਨੂੰ ਇਹ ਮਹਿਸੂਸ ਕਰਾਉਂਦੇ ਹਾਂ ਕਿ ਤੁਸੀਂ ਜਾ ਕੇ ਗੁਰਦੁਆਰੇ ਜਾਂ ਮੰਦਰ, ਜਦੋਂ ਤੁਸੀਂ ਕਹਿੰਦੇ ਹੋ ਤੂੰ ਮਾਤ ਪਿਤਾ ਹਮ ਬਾਲਕ ਤੇਰੇ, ਹਾਂਜੀ, ਤੁਮੇ ਮਾਤਾ ਸ ਪਿਤਾ ਜਾਂ ਗੋਡ ਫਾਦਰ, ਇਹਦਾ ਮਹਿਣਾ ਕੀ ਦੱਸੋ? ਇਹਦਾ ਮਹਿਣਾ ਹੈ ਕਿ ਤੁਸੀਂ ਉਸ ਵਾਹਿਗੁਰੂ ਜਾਂ ਉਸ ਪਰਮ ਸ਼ਕਤੀ ਦੇ ਤੁਸੀਂ ਸੰਤਾਨ ਹੋ, ਬੱਚੇ ਹੋ। ਤੇ ਜਦੋਂ ਉਹ ਮਹਿਸੂਸ ਕਰਦਾ ਹੈ ਮੈਂ ਉਸ ਵਾਹਿਗੁਰੂ ਦਾ, ਮੈਂ ਤਾਂ ਉਹਦੀ ਸੰਤਾਨ ਹਾਂ, ਬੱਚਾ ਹਾਂ, ਤੇ ਫਿਰ ਜਿਹੜੇ ਉਹਦੇ ਗੁਣ ਔਰ ਕੁਆਲਿਟੀ ਨੇ, ਉਹ ਤਾਂ ਸ਼ਾਂਤੀ ਦਾ ਸਾਗਰ ਹੈ, ਉਹ ਤਾਂ ਪਿਆਰ ਦਾ ਸਾਗਰ ਹੈ, ਉਹ ਤਾਂ ਗਿਆਨ ਦਾ ਭੰਡਾਰ ਹੈ ਪਰਮਾਤਮਾ। ਤੇ ਵੀ ਤੇਰਾ ਕੀ ਹਾਲ ਹੋ ਗਿਆ? ਠੀਕ, ਜਿਵੇਂ ਕਹਿੰਦੇ ਨੇ ਇੱਕ ਰਾਜੇ ਦਾ ਬੱਚਾ ਸੀ, ਉਹ ਛੋਟੇਪਨ ਤੋਂ ਹੀ ਨਾ ਕਿਤੇ ਵਿਛੜ ਗਿਆ, ਜੰਗਲ 'ਚ ਚਲਾ ਗਿਆ, ਤੇ ਉਹ ਜੰਗਲੀ ਜਾਨਵਰਾਂ ਦੇ ਨਾਲ ਹੀ ਮਿਲ ਗਿਆ। ਅੱਛਾ, ਮਿਲ ਗਿਆ, ਮਿਲ ਗਿਆ। ਤੇ ਜਿਵੇਂ ਉਹ ਵੱਡਾ ਹੋਇਆ ਨਾ, ਤੇ ਉਹ ਖੜਾ ਹੋ ਕੇ ਨਹੀਂ ਚੱਲਦਾ ਸੀ, ਜਿਵੇਂ ਉਹ ਜਾਨਵਰ ਚੱਲਦੇ ਸੀ ਨਾ ਉਵੇਂ ਚੱਲਦਾ ਸੀ ਉਹ। ਅੱਛਾ, ਤੇ ਉਹ ਰਾਜਾ ਕਹਿੰਦਾ ਇਹ ਕਿੱਥੇ ਚਲਾ ਗਿਆ, ਲੱਭ ਰਹੇ ਸੀ ਲੋਕੀ। ਕਹਿੰਦੇ ਕੁਛ ਸਾਲ ਬੀਤ ਗਏ, ਅੱਛਾ ਜੀ, ਤੇ ਆਖਰ ਕਿਸੇ ਦੀ ਨਜ਼ਰ ਪਈ ਕਿ ਉਹ ਜਿਹੜਾ ਹੈ ਨਾ ਉਹ ਤਾਂ ਜਾਨਵਰ ਨਹੀਂ ਲੱਗ ਰਿਹਾ। ਅੱਛਾ, ਤੇ ਉਹਨੂੰ ਉਹਨਾਂ ਨੇ ਪਕੜਿਆ, ਅਲੱਗ ਕੀਤਾ,
ਤੇ ਉਹਦੇ ਨਾਲ ਉਹਨੂੰ ਕੋਸ਼ਿਸ਼ ਕੀਤੀ ਵੀ ਇਹ ਤਾਂ ਇਨਸਾਨ ਦਾ ਬੱਚਾ ਨਜ਼ਰ ਆਉਂਦਾ, ਮਗਰ ਉਹਨੂੰ ਆਦਤ ਪਈ ਹੋਈ ਸੀ ਉਸ ਤਰ੍ਹਾਂ ਉਸ ਤਰ੍ਹਾਂ ਬੋਲਣ ਦੀ, ਉਹਨੇ ਦੂਜੀ ਭਾਸ਼ਾ ਹੀ ਨੀ ਸੁਣੀ ਉਹਨਾਂ ਨਾਲ ਸੀ, ਤੇ ਬੜਾ ਟਾਈਮ ਲੱਗਿਆ, ਮਗਰ ਉਹਨੂੰ ਮਹਿਸੂਸ ਕਰਾ ਕਰਾ ਕਰਕੇ ਉਹ ਬਦਲ ਗਿਆ ਬਿਲਕੁਲ। ਰਾਜੇ ਦਾ ਬੱਚਾ ਫਿਰ ਆਪਣੇ ਉਸ ਰਾਜਾ ਹੀ ਠਾਠ 'ਚ ਆ ਗਿਆ, ਔਰ ਆਪਣੇ ਸਾਰੇ ਜਾਨਵਰਾਂ ਦੇ ਔਰ ਸਾਰੇ ਉਸ ਜਿਹੜੀ ਆਦਤਾਂ ਸੀ ਉਹਦੀਆਂ ਸਾਰੀ ਸੁਧਰ ਗਈਆਂ। ਇਸੇ ਤਰ੍ਹਾਂ ਜਦੋਂ ਵਿਅਕਤੀ ਨੂੰ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਮੈਂ ਬੋਲਦਾ ਕੀ ਰਹਿੰਦਾ ਸੀ ਸਵੇਰੇ ਸ਼ਾਮ, ਕਿ ਮੈਂ ਤਾਂ ਈਸ਼ਵਰ ਦਾ ਸੰਤਾਨ ਹਾਂ, ਮੈਂ ਤਾਂ ਉਹਦਾ ਬੱਚਾ ਹਾਂ, ਅਤੇ ਉਹ ਤਾਂ ਮੇਰਾ ਗਾਡ ਫਾਦਰ ਹੈ। ਅਤੇ ਪਹਿਲਾਂ ਤਾਂ ਕਈ ਦਫ਼ਾ ਲੋਕ ਨਾ ਇੱਕ ਤਰਫ ਇਹ ਗਾਉਂਦੇ ਰਹਿੰਦੇ ਨੇ ਕਿ ਤੂੰ ਮਾਤ ਪਿਤਾ ਹਮ ਬਾਲਕ ਤੇਰੇ, ਦੂਜੀ ਤਰਫ ਕੀ ਕਹਿੰਦੇ ਨੇ, ਦੂਜੀ ਤਰਫ ਕਹਿੰਦੇ ਨੇ ਮਹਾਰਾਜ ਤੂੰ ਤਾਂ ਬਹੁਤ, ਮੈਂ ਮੂਰਖ ਖਲ ਕਾਮੀ, ਮੈਂ ਦਾਸੋਂ ਕਾ ਦਾਸ ਚਰਨ ਦਾਸ, ਕਦੀ ਕਦੀ ਕਹਿੰਦਾ ਕਿ ਮੇਰੀ ਇਹ ਹਾਲਤ। ਅੱਛਾ ਵੀ ਉਹ ਤਾਂ ਤੇਰੀ ਇਹ ਹਾਲਤ ਹੋ ਗਈ ਹੈ ਨਾ, ਅਸਲੀ ਤਾਂ ਤੇਰੀ ਇਹ ਸਟੇਜ ਹੈ ਨਾ। ਬਿਲਕੁਲ, ਜਦੋਂ ਉਹ ਮਹਿਸੂਸ ਕਰਦਾ ਹੈ ਤੇ ਮੇਰਾ ਇਹ ਅਨੁਭਵ ਹੈ ਓਵਰਨਾਈਟ ਚੇਂਜ ਹੋ ਜਾਏਗਾ। ਇੱਕ ਦਫ਼ਾ ਹਾਂਜੀ ਇੱਕ ਸਾਡੀ ਜਗ੍ਹਾ ਤੇ ਕਿਸੇ ਸੈਂਟਰ ਤੇ ਆਇਆ, ਹਾਂਜੀ ਉਹ ਕਹਿੰਦਾ ਭੈਣ ਜੀ ਮੈਂ ਤਾਂ ਚੇਨ ਸਮੋਕਰ ਹਾਂ। ਦੇਖ ਜਦੋਂ ਤੂੰ ਪਹਿਲਾਂ ਆਪਣੇ ਘਰ ਤੋਂ ਆਪਣੀ ਦੁਨੀਆਂ ਤੋਂ ਇੱਥੇ ਆਇਆ ਸੀ, ਸਰੀਰ ਲਿਆ ਸੀ, ਤੂੰ ਤਾਂ ਦੇਵਤਾ ਸੀ, ਇਹ ਮੰਦਰ ਤੇਰੀ ਯਾਦਗਾਰ ਨੇ, ਆਪੇ ਹੀ ਪੂਜ ਆਪੇ ਹੀ ਪੁਜਾਰੀ, ਇਹ ਜਿਹੜੀ ਅੱਜ ਤੇਰੀ ਸਟੇਜ ਹੈ ਇਹ ਪਹਿਲੇ ਨਹੀਂ ਸੀ, ਪਹਿਲੇ ਤਾਂ ਤੇਰੇ ਅੰਦਰ ਸਾਰੇ ਗੁਣ ਔਰ ਕੁਆਲਿਟੀਆਂ ਸੀ, ਇਹ ਬਾਅਦ ਵਿੱਚ ਜਾ ਕਰਕੇ ਆਸਤੇ ਆਸਤੇ ਵਿਕਾਰ ਜਾਂ ਬੁਰਾਈਆਂ ਜਾਂ ਬੁਰੀ ਆਦਤਾਂ ਇਹ ਪਿੱਛੇ ਆਈਆਂ ਨੇ। ਕੋਈ ਵੀ ਆਦਮੀ ਜਨਮ ਜਾਤ ਵੈਸੇ ਵੀ ਤੁਸੀਂ ਦੇਖੋਗੇ ਜਨਮ ਜਾਤ ਬੁਰੀ ਆਦਤ ਚ ਨਹੀਂ ਹੁੰਦੀ, ਹਮੇਸ਼ਾ ਆਦਤ ਜਿਹੜੀ ਹੈ ਬਾਅਦ ਚ ਪੈਂਦੀ ਹੈ ਕਿਉਂਕਿ ਕੋਈ ਬੱਚਾ ਪੈਦਾ ਤਾਂ ਹੁੰਦਾ ਸਮੋਕ ਨਹੀਂ ਕਰਦਾ ਜਾਂ ਡਰਿੰਕ ਨਹੀਂ ਕਰਦਾ, ਬਿਲਕੁਲ ਉਹ ਤਾਂ ਹੈ। ਜਦੋਂ ਉਹਨੂੰ ਇਹ ਮਹਿਸੂਸ ਕਰਾਇਆ ਗਿਆ ਕਿ ਤੂੰ ਤਾਂ ਵਾਹਿਗੁਰੂ ਈਸ਼ਵਰ ਦੀ ਸੰਤਾਨ ਹੈ, ਤੇਰਾ ਪਿਤਾ ਪਰਮਾਤਮਾ ਹੈ, ਜਦੋਂ ਉਹਨੂੰ ਇਹ ਮਹਿਸੂਸ ਕਰਾਇਆ ਗਿਆ ਔਰ ਤੇਰਾ ਬੜਾ ਆਦਿ ਅਨਾਦਿ ਸਰੂਪ ਤੇਰਾ ਬੜਾ ਉੱਚਾ ਹੈ, ਤੇ ਜਦੋਂ ਉਹਨੂੰ ਔਰ ਫਿਰ ਉਹਨੂੰ ਦੱਸਿਆ ਗਿਆ ਕਿ ਦੇਖ ਜਿਹੜੀ ਤੇਰੀਆਂ ਮੂਰਤੀਆਂ ਨੇ ਨਾ ਮੰਦਰਾਂ ਚ ਇਹ ਤੇਰਾ ਆਦਿ ਸਰੂਪ ਹੈ, ਪਹਿਲਾ ਜਨਮ ਹੈ, ਪੁਨਰ ਜਨਮ ਲੈਂਦੇ 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 ਤੇਰੀ ਹਾਲਤ ਇਹ ਹੋ ਗਈ ਹੈ, ਪਹਿਲਾ ਤੇਰਾ ਜਨਮ ਸੀ, ਦੇਖ ਤੇਰਾ ਮੰਦਰ ਯਾਦਗਾਰ ਹੈ। ਹੁਣ ਵੀ ਲੋਕੀ ਜਾ ਕੇ ਘੰਟੀ ਵਜਾ ਰਹੇ, ਪੂਜਾ ਕਰ ਰਹੇ, ਅਗਰਬੱਤੀ ਉੱਥੇ ਤਾਂ ਧੂਪ ਲੱਗ ਰਹੀ ਹੈ, ਅਗਰਬੱਤੀ ਲੱਗ ਰਹੀ ਹੈ ਤੇ ਤੂੰ ਕਿਹੜੀ ਧੂਪ ਜਲਾ ਰਹੇ, ਉਹ ਧੂਆਂ ਉਹਨੂੰ ਮਹਿਸੂਸ ਹੋ ਜਾਂਦਾ, ਕਹਿੰਦਾ ਹੈ ਮੈਂ ਸੱਚਮੁੱਚ ਇੰਨਾ ਉੱਚਾ ਸੀ। ਔਰ ਇਹ ਜਿਹੜੀ ਬੀੜੀ ਸਿਗਰਟ ਫਿਰ ਉਦੋਂ ਹੁੰਦੀ ਜਦੋਂ ਸਮਝ ਜਿਹੜੀ ਹੈ ਨਾ ਆਉਂਦੀ ਹੈ, ਤਾਂ ਉਦੋਂ ਉਹਨੂੰ ਮਹਿਸੂਸ ਹੁੰਦਾ ਹੈ ਕਿ ਇਹਦਾ ਤਾਂ ਨੁਕਸਾਨ ਵੀ ਹੋਏਗਾ ਸਰੀਰ ਨੂੰ ਵੀ, ਬੱਚਿਆਂ ਨੂੰ ਵੀ, ਪਰਿਵਾਰ ਨੂੰ ਵੀ, ਮੈਂ ਆਪਣੇ ਬੱਚਿਆਂ ਨੂੰ ਦੋ ਟਾਈਮ ਅੱਛਾ ਖਾਣਾ ਖੁਰਾਕ ਨਹੀਂ ਦੇ ਸਕਦਾ, ਦੁੱਧ ਮੰਗਾਈ ਹੈ ਨਹੀਂ ਦੇ ਸਕਦਾ, ਬੀੜੀ ਸਿਗਰਟ ਵਾਸਤੇ ਪੈਸਾ ਖਰਚੇਗਾ। ਜਦੋਂ ਉਹ ਮਹਿਸੂਸ ਕਰਦਾ ਹੈ ਤੇ ਮੈਂ ਦੇਖਿਆ ਚੇਨ ਸਮੋਕਰ ਵੀ ਜਿਹੜੇ ਨੇ ਨਾ ਡੱਬਾ ਸੁੱਟ ਦਿੰਦੇ ਨੇ ਚੇਨ ਸਮੋਕਰ, ਬਿਲਕੁਲ ਜਦੋਂ ਉਹਨਾਂ ਚ ਮਨ ਚ ਖਿਆਲ ਆ ਗਿਆ ਨਾ, ਪੱਕਾ ਮਨ ਹੋ ਗਿਆ ਨਹੀਂ ਅਰੇ ਮੈਂ ਕੌਣ ਆ, ਜਿਹਨੂੰ ਕਹਿੰਦੇ ਸੈਲਫ ਰਿਅਲਾਈਜੇਸ਼ਨ। ਜਦੋਂ ਸੈਲਫ ਰਿਅਲਾਈਜੇਸ਼ਨ ਭਾਈ ਸਾਹਿਬ ਕਿਸ ਤਰ੍ਹਾਂ ਆ ਸਕਦੀ ਹੈ, ਮਤਲਬ ਜੋ ਬੰਦਾ ਇੱਕ ਆਪਣੀ ਆਦਤ ਚ ਬਿਲਕੁਲ ਗੁਆਚਿਆ ਹੋਇਆ ਹੈ ਉਹਨੂੰ ਕਿਸ ਤਰ੍ਹਾਂ ਆ ਸਕਦੀ ਹੈ ਸੈਲਫ ਰਿਅਲਾਈਜੇਸ਼ਨ ਕਿ ਮੈਂ ਉਸ ਪਰਮਾਤਮਾ ਦੀ ਸੰਤਾਨ ਹਾਂ ਅਤੇ ਮੈਂ ਤਾਂ ਇੱਕ ਪਿਓ ਜਿਸ ਤਰ੍ਹਾਂ ਵੀ ਅੱਛੀ ਸੋਲ ਹਾਂ, ਕਿਸ ਤਰ੍ਹਾਂ ਆ ਸਕਦੀ ਹੈ ਰਿਅਲਾਈਜੇਸ਼ਨ? ਉਹਦਾ ਮੈਂ ਇੱਕ ਤੁਹਾਨੂੰ ਹੋਰ ਅਨੁਭਵ ਸੁਣਾਉਣਾ, ਪ੍ਰੈਕਟੀਕਲ ਅਨੁਭਵ ਇੱਕ ਸਾਡੇ ਆਸ਼ਰਮ ਦਾ। ਮੈਂ ਇਹ ਦੇਖਿਆ ਹੈ ਕਿ ਹਰ ਆਦਮੀ ਨੂੰ ਨਾ ਪਿਆਰ ਦੀ ਬੜੀ ਲੋੜ ਹੈ, ਬਹੁਤ ਉਹ ਤਾਂ ਹੈ ਜਿਹੜਾ ਪਿਆਰ ਦੇ ਪਿੱਛੇ ਪਹਿਲਾ ਸਾਡਾ ਇਹ, ਅਗਰ ਕਿਸੇ ਨੂੰ ਪਿਆਰ ਵੀ ਨਿਸਵਾਰਥ ਸੱਚਾ ਪਿਆਰ, ਇੱਕ ਹੁੰਦਾ ਮਤਲਬੀ ਪਿਆਰ, ਅਗਰ ਕਿਸੇ ਨੂੰ ਸੱਚਾ ਪਿਆਰ ਮਿਲ ਜਾਏ ਨਾ ਤੇ ਉਹਦੇ 'ਚ ਪਰਿਵਰਤਨ ਬਦਲਾਓ ਬੜਾ ਜਲਦੀ ਆ ਜਾਂਦਾ। ਮੈਂ ਇੱਕ ਤੁਹਾਨੂੰ ਮਿਸਾਲ ਦੱਸਣਾ,
एक शहर विच एक दर्जी दा काम करता सी, भाई उनका परिवार सी, उनकी मिसेज दो तीन बच्चे सी, उनू शराब की आदत पै गई। आदत इन्नी पै गई कि जिहड़ा कमांदा सी ना वो शराब पी लैंदा सी, सारे पैसे उत्थे खर्च दे, कारे च आके ना मार कुटाई करना अपनी मिसेज नाल, उनकी मिसेज दुखी होके बच्चा नू लै के ना अपने पीयर घर मां बाप दे कोल चली चली गई। वो पींदा रहिंदा सी, हुण घर च कोई टोकण वाला भी नहीं सी, कोई रहा ही नहीं। हांजी, वो कई दफा ता पी के सड़क ते डिगा पे आउंदा सी, जिहड़े पींदे उहनां नू पता ही नहीं चलदा, कई दफा तो कुत्ते चट रहे हुंदे सी। अच्छा, इह हालत हुंदी हो गई ते उह जदों दी इह हालत सी, एक दिन उहने पीती हुई सी ना, ते कई मजाकी आदमी हुंदे ने, उहनां नू पता सी कि इत्थे आश्रम ते ब्रह्मा कुमारी पैणा रहिंदियां ने। अच्छा, ते उह पीती सी उहने, उहनू कहिंदा है ओए कोठे चढ़ जा। अच्छा, इत्थे चला जा। उहने विचारे नू उहनी ज्यादा समझ ते नहीं सी, उन्हें जाके पौड़ियाँ चढ़ के ते कैंटी मार दिती। उन कैंटी मारी है ते दरवाज़ा तो पैना खोलनगे, जो पैना ने दरवाज़ा खोलिया तो उन्हें मुँह चो बदबू आ रही सी। हुण तुसी देखो किवें परिवर्तन हुंदा, बदलाव हुंदा। उन्हां पैना ने समझिया कि चाहे ये शराब पीती हुई उन्हें, मगर है तो ये तो है तो वाहेगुरु का बच्चा ही है ना, अपना ही है ना, वन गॉड वन फैमिली असीं कहने आ। बिल्कुल हां जी। उन्होंने हुण अंदर बुला लिया। अच्छा, अंदर बुला लिया, अंदर बुला के बिठाया। बिठा के बाद उन्हें कहंदे भाई ले पानी पी। अच्छा, पानी का गिलास दिता। तू की करना है इत्थे, किस वास्ते आया? कहंदा जी इत्थे की हुंदा मैनू दसो। हां जी। वो कहंदा तू अज शराब पीती हुई है? हाँ। कहंदा पीती है। तू कल शराब नहीं पीनी, फिर आना है मेरे कोल ते मैं तेनू सारा दसांगी। अच्छा, उन्होंने क्या उन्हें? हाँ, और बड़े प्यार नाल पानी दा गिलास पिला के उन्हें कह उन्हें प्यार नाल ना थले भेज दिता। ठीक है। वो जो तो कार आया, उन शराब ता नशा उतर जांदा, बिल्कुल उन्दे वास्ते फिर पींदे ने, ते उन्हें अंदर उन्दे कान च आवाज आ रही सी कि भाई मेरे भाई। तो सोचन लग पिया कि मेरी भी कोई भैन है। बार बार सोची जावे कि मैनू तो लोग बड़ा उल्टा समझते ने, मेरी तो घरवाली भी चली गई छड़ के, ये कहती भाई ये मेरी भैन है, मैं नहीं आज पीनी। अच्छा, ते वो फिर चला गया। जदों उन्होंने फिर क्या 5-7 दिन का टाइम दिता, रोज घंटा ਉਹਨੇ ਓਵਰਨਾਈਟ ਓਵਰਨਾਈਟ ਮਤਲਬ ਉਸ ਜਦੋਂ ਉਹ ਭੈਣ ਜਾਂਦਾ ਸੀ ਪਾਣੀ ਪਿਲਾਉਂਦੇ ਸੀ, ਕੋਈ ਪ੍ਰਸ਼ਾਦ ਥੋੜ੍ਹਾ ਸਾ ਉਹ ਖਿਲਾ ਦਿੰਦੇ ਸੀ, ਪਿਆਰ ਨਾਲ ਗੱਲ ਕਰਦੇ ਸੀ। ਬਿਲਕੁਲ ਉਹਨਾਂ ਨੂੰ ਉਹਦੇ 'ਚ ਪਿਆਰ ਦੀ ਭੁੱਖ ਸੀ। ਸ਼ਰਾਬ ਜਿਹੜੀ ਉਹ ਪੀ ਰਿਹਾ ਸੀ ਉਹਨੂੰ ਸੱਚਾ ਪਿਆਰ ਨਹੀਂ ਲੱਭਿਆ ਸੀ। ਜਦੋਂ ਉਹਨੂੰ ਪਿਆਰ ਸੱਚਾ ਲੱਭ ਗਿਆ ਨਾ, ਉਹਦੇ 'ਚ ਬਦਲਾਵ ਆ ਗਿਆ। सारे शहर चर्चा हुई किन्ने बदल दिता। हुण चाहे बदल दा कारण की बनिया कि जदों उहनूं इह महसूस होया कि मैं कौन आ, किहदी संतान आ, मैं की कर रहा। ये तीन चीजा जिंदगी च बड़िया इंपॉर्टेंट ने। अगर कोई भी आदमी सच्चाई नाल तीन चीजा आराम नाल बैठ के सोचन लग पवे कि मैं कौन हाँ और मैं किदा कित्थों आया और मैं कर की रहा है। तीजी गल बड़ी इंपॉर्टेंट है, जदों ये चीज समझ आ जाए ना कि मैं जो कुछ कर रहा ये मैनू मेरे नहीं करना चाहिदा। ठीक। मैं एक राजा दा बच्चा, मैं की भिख मंगा। हाँ जी। ते उन्दे च बदलाव आ जांदा। बिल्कुल। ये सारी पेन थिंकिंग है वो साढ़े इस विद्यालय च काम कर रही है। ठीक। असी कुछ लोगों नू देंदे नहीं, जेडे कोल साढ़े कोल आ जांदे ने ना, कई झुग्गी झोपड़ी च रहन वाले बड़े गरीब घर दे, मगर आदतां बुरियां, शराब पी रहे ने, बीड़ी सिगरट पी रहे ने, पैसा जिहड़ा है वो खत्म कर रहे ने।
ਬਿਲਕੁਲ ਉਹ ਜਦੋਂ ਸਾਡੇ ਕੋਲ ਆਉਂਦੇ ਨੇ ਹਾਂਜੀ ਉਹ ਉਹੀ ਪੈਸਾ ਜਿਹੜਾ ਕਿ ਬੁਰੇ ਕੰਮ ਵਿੱਚ ਲਾ ਰਿਹਾ ਸੀ ਉਹ ਬਚ ਜਾਂਦਾ ਹੈ ਤੇ ਉਹ ਬੱਚਿਆਂ ਦੇ ਵਾਸਤੇ ਉਹਨਾਂ ਦੇ ਪਰਿਵਾਰ ਹੋਰ ਸੁਖੀ ਖੁਸ਼ ਹੋ ਜਾਂਦੇ ਸਾਡੇ ਇੱਕ ਸ਼ਹਿਰ ਵਿੱਚ ਇੱਕ ਭਾਈ ਸੀ ਉਹ ਰਿਕਸ਼ਾ ਚਲਾਉਂਦਾ ਸੀ ਅੱਛਾ ਬਾਹਰੋਂ ਆਇਆ ਸੀ ਉੱਤਰ ਪ੍ਰਦੇਸ਼ ਤੋਂ ਹਾਂਜੀ ਜਦੋਂ ਉਹਨੂੰ ਪਤਾ ਲੱਗਾ ਕਿਸੇ ਭੈਣਾਂ ਨੂੰ ਰਿਕਸ਼ੇ ਤੇ ਛੱਡਣ ਆਇਆ ਤੇ ਉਹਨਾਂ ਨੇ ਕਿਹਾ ਭਾਈ ਇਹ ਸਾਡਾ ਆਸ਼ਰਮ ਹੈ ਤੂੰ ਆਇਆ ਕਰ ਉਹ ਆਉਣਾ ਸ਼ੁਰੂ ਹੋ ਗਿਆ ਉਹਨੇ ਉਹਦੇ ਚ ਬਦਲਾਵ ਹੋ ਗਿਆ ਅੱਛਾ ਉਹ ਜਿਹੜਾ ਪੈਸਾ ਗਲਤ ਤਰੀਕੇ ਨਾਲ ਖਰਚ ਕਰਦਾ ਸੀ ਨਾ ਉਹਨੇ ਪੈਸੇ ਦੀ ਬੱਚਤ ਕੀਤੀ ਇਸ ਤਰ੍ਹਾਂ ਹੋਇਆ ਕਿ ਅੱਜ ਮੈਨੂੰ ਪਤਾ ਹੈ ਕਿ ਉਹ ਰਿਕਸ਼ੇ ਦੀ ਬਜਾ ਉਹਨੇ ਨੇ ਮੱਝਾਂ ਰੱਖੀਆਂ ਹੋਈਆਂ ਨੇ ਤੇ ਦੁੱਧ ਦਾ ਕੰਮ ਕਰਦਾ ਹੈ ਔਰ ਬੱਚੇ ਉਹਦੇ ਪਬਲਿਕ ਸਕੂਲ ਚ ਪੜ੍ਹ ਰਹੇ ਨੇ ਬਹੁਤ ਸੋਹਣਾ ਠੀਕ ਕਿਸ ਤਰ੍ਹਾਂ ਬਦਲਾਵ ਆਇਆ ਕਿ ਜਦੋਂ ਉਹਨੂੰ ਇਹ ਸਮਝ ਲਿਆ ਕਿ ਮੈਂ ਅਸਲੀ ਚ ਕੌਣ ਹਾਂ ਮੈਂ ਜਦੋਂ ਆਇਆ ਸੀ ਇਸ ਦੁਨੀਆਂ ਤੇ ਪਾਠ ਵਜਾਉਣ ਵਾਸਤੇ ਮੇਰੀ ਕੀ ਸਟੇਜ ਸੀ ਪਾਠ ਵਜਾਉਂਦੇ ਵਜਾਉਂਦੇ ਮੈਂ ਕੀ ਬਣ ਗਿਆ ਪਹੁੰਚ ਗਿਆ ਜਦੋਂ ਮਹਿਸੂਸ ਹੋ ਜਾਂਦਾ ਹੈ ਆਪਣੀ ਰੀਅਲਾਈਜੇਸ਼ਨ ਦਾ ਆਪਣੀ ਪੋਜੀਸ਼ਨ ਦਾ ਕਈ ਦਫ਼ਾ ਲੋਕ ਮੈਂ ਦੇਖਿਆ ਹੈ ਕਹਿੰਦੇ ਬਈ ਸਾਡੇ ਜਿਹੜੀ ਸਾਡਾ ਜਿਹੜਾ ਸੀ ਨਾ ਫੈਮਿਲੀ ਉਹ ਬੜੀ ਹੋਰ ਹੈ ਅੱਛਾ ਅਸੀਂ ਨਹੀਂ ਹਾਂਜੀ ਕਈਆਂ ਨੂੰ ਫੈਮਿਲੀ ਦਾ ਵੀ ਮੈਂ ਦੇਖਿਆ ਬੜਾ ਪ੍ਰਭਾਵ ਰਹਿੰਦਾ ਹੁੰਦਾ ਹੈ ਹਾਂਜੀ ਕਿ ਮੇਰੇ ਦਾਦਾ ਪੜਦਾਦਾ ਬਿਲਕੁਲ ਉਹ ਇਹ ਨਹੀਂ ਕਰਦੇ ਸੀ ਹਾਂਜੀ ਮੈਂ ਨਹੀਂ ਕਰਨਾ ਦੇ ਡੋਂਟ ਕੁਛ ਲੋਕ ਨੇ ਜਿਹੜੇ ਕੰਪਰੋਮਾਈਜ਼ ਕਰ ਲੈਂਦੇ ਨੇ ਬਿਲਕੁਲ ਮਗਰ ਕੁਛ ਨਹੀਂ ਕੰਪਰੋਮਾਈਜ਼ ਕਰਦੇ ਇਸ ਵਾਸਤੇ ਜਦੋਂ ਸੱਚੀ ਰੀਅਲਾਈਜੇਸ਼ਨ ਆ ਜਾਏ ਔਰ ਆਪਣੇ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਉਹਦੀ ਤਾਕਤ ਦਾ ਅਨੁਭਵ ਕਰਨ ਲੱਗ ਪਵੇ ਔਰ ਆਪਣੇ ਫੈਮਿਲੀ ਵਿੱਚ ਐਸੀ ਫੈਮਿਲੀ ਮਿਲ ਜਾਏ ਜਿਹਦੇ 'ਚ ਪਿਆਰ ਵੀ ਨਿਸਵਾਰਥ ਬਿਨਾਂ ਮਤਲਬ ਵੀ ਸੱਚਾ ਪਿਆਰ ਅਤੇ ਉਹਦੇ 'ਚ ਪਰਿਵਰਤਨ ਹੋਣਾ ਬੜਾ ਸਹਿਜ ਹੋ ਜਾਂਦਾ ਭਾਈ ਸਾਹਿਬ ਤੁਸੀਂ ਬਹੁਤ ਸੋਹਣੀ ਤਰ੍ਹਾਂ ਛੋਟੇ ਛੋਟੇ ਉਦਾਹਰਣ ਦੇ ਕੇ ਮੈਨੂੰ ਲੱਗਦਾ ਹੈ ਸਾਰਿਆਂ ਵਿੱਚ ਅਸੀਂ ਇੱਕ ਚੇਂਜ ਲਿਆ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਛੋਟੇ ਛੋਟੇ ਉਦਾਹਰਣ ਦਿੱਤੇ ਕਿ ਕਿਸ ਤਰ੍ਹਾਂ ਅਸੀਂ ਪਰਿਵਰਤਨ ਕਰ ਸਕਦੇ ਹਾਂ ਜਿਹੜੀ ਬੁਰੀ ਆਦਤ ਹੈ ਉਹਨਾਂ ਨੂੰ ਚੇਂਜ ਕਰ ਸਕਦੇ ਹਾਂ ਇੰਨੇ ਸੋਹਣੇ ਉਦਾਹਰਣ ਮੈਨੂੰ ਲੱਗਦਾ ਹੈ ਸਾਰਿਆਂ ਨੂੰ ਆਪਣੇ ਜੀਵਨ 'ਚ ਜ਼ਰੂਰ ਲਾਗੂ ਕਰਨੇ ਚਾਹੀਦੇ ਤੁਸੀਂ ਸ਼ੋਅ ਵਿੱਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਓਮ ਸ਼ਾਂਤੀ ਦੋਸਤੋ ਜਿਸ ਤਰ੍ਹਾਂ ਭਾਈ ਸਾਹਿਬ ਨੇ ਅੱਜ ਦੱਸਿਆ ਕਿ ਆਪਣੇ ਆਪ ਨੂੰ ਜਾਣਨਾ ਕਿ ਜਦ ਅਸੀਂ ਦੁਨੀਆਂ 'ਚ ਆਏ ਸੀ ਸਾਨੂੰ ਇਹ ਆਦਤਾਂ ਨਹੀਂ ਸੀਗੀਆਂ ਅਸੀਂ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਇਹ ਆਦਤਾਂ ਲੈ ਲਈਆਂ ਹੁਣ ਇਹ ਚੇਂਜ ਕਰਨ ਦਾ ਟਾਈਮ ਹੈ ਅਸੀਂ ਚੇਂਜ ਕਰ ਸਕਦੇ ਹਾਂ ਆਪਣੇ ਆਪ ਨੂੰ ਇਨ ਆਦਤਾਂ ਨੂੰ ਚੇਂਜ ਕਰ ਸਕਦੇ ਹਾਂ ਆਪਣੇ ਨਾਲ ਆਪਣੇ ਆਸ ਪਾਸ ਲੋਕਾਂ ਦੇ ਨਾਲ ਪਿਆਰ ਬਣਾਏ ਰੱਖੀਏ ਪਿਆਰ ਵਿੱਚ ਬਹੁਤ ਸ਼ਕਤੀ ਹੈ ਕਿਸੇ ਦੇ ਵੀ ਬੁਰੀ ਅਤੇ ਗਲਤ ਆਦਤ ਨੂੰ ਸੁਧਾਰਨ ਵਾਸਤੇ ਅਸੀਂ ਫਿਰ ਮਿਲਾਂਗੇ ਅਗਲੀ ਕੜੀ ਵਿੱਚ ਸਾਡੇ ਨਾਲ ਬਣੇ ਰਹੋ ਤਦ ਤੱਕ ਵਾਸਤੇ ਓਮ ਸ਼ਾਂਤੀ ਸਤਿ ਸ਼੍ਰੀ ਅਕਾਲ ਆਪਣੇ ਸੁਝਾਵ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ ਸ਼ਾਂਤੀਵਨ ਮੋਬਾਈਲ ਨੰਬਰ 8094994387 ਈਮੇਲ punjabi.gws@gmail.com Thank you.